ਗਿਆ ਮੈਨੂੰ ਨੀ ਲਾਲਾ ਵਾਲੇ ਪੀਰ ਦਾ, ਰੰਗ ਚੜ ਗਿਆ ਮੈਨੂੰ ਨੀ ਲਾਲਾ ਵਾਲੇ ਪੀਰ ਦਾ। ਨਮਸਕਾਰ ਦੋਸਤੋ, ਆਰ ਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ। ਅੱਜ ਅਸੀਂ ਪਹੁੰਚੇ ਹਾਂ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਗੁਲਾਬਾ ਪੈਣੀ ਦੇ ਵਿੱਚ, ਜਿੱਥੇ ਅੱਜ ਤਾਰਬੰਦੀ ਤੇ ਉਸ ਪਾਰ ਬਣੀ ਬੁਰਜੀ ਵਾਲੇ ਪੀਰ ਦੀ ਸਮਾਧੀ ਤੇ ਜਿਹੜਾ ਮੇਲਾ ਲੱਗਿਆ ਹੋਇਆ। ਹਰ ਸਾਲ ਇਹ ਮੇਲਾ ਅਸੀਂ ਕਵਰ ਕਰਦੇ ਹਾਂ ਤੇ ਅੱਜ ਵੀ ਮੇਲਾ ਕਵਰ ਕਰਨ ਦੇ ਨਾਲ ਕਰਨ ਦੇ ਲਈ ਮੈਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਿਆ ਹੋਇਆ ਤਾਂ ਬੜਾ ਵਧੀਆ ਇੱਥੇ ਮੇਲਾ ਹੁੰਦਾ ਤੇ ਬੜਾ ਵਧੀਆ ਜਿਹੜਾ ਇੱਥੇ ਪੂਰਾ ਮਾਹੌਲ ਹੈ। ਇੱਥੇ BSF ਦੀ 66 ਬਟਾਲੀਅਨ ਦੇ ਕਮਾਂਡੈਂਟ ਅਰੁਣ ਵਰਮਾ ਜਿਹੜੇ ਪਹੁੰਚੇ ਹੋਏ ਆ, ਜਿਨ੍ਹਾਂ ਵੱਲੋਂ ਚਾਦਰ ਦੀ ਰਸਮ ਅਦਾ ਕਰਕੇ ਜਿਹੜਾ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ। ਫਾਜ਼ਿਲਕਾ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ, ਦੂਰ ਦੂਰ ਤੋਂ ਲੋਕ ਇਸ ਮੇਲੇ ਨੂੰ ਦੇਖਣ ਦੇ ਲਈ ਆਉਂਦੇ ਆ। ਹਰ ਸਾਲ ਇਸ ਮੇਲੇ ਦਾ ਇੰਤਜ਼ਾਰ ਫਾਜ਼ਿਲਕਾ ਵਾਸੀਆਂ ਦੇ ਨਾਲ ਨਾਲ ਜਿਹੜਾ ਹੋਰ ਵੀ ਇਲਾਕੇ ਦੇ ਲੋਕਾਂ ਨੂੰ ਰਹਿੰਦਾ ਤੇ ਇੱਥੇ ਬੜਾ ਇੱਕ ਵਧੀਆ ਮਾਹੌਲ ਤੁਹਾਨੂੰ ਦੇਖਣ ਨੂੰ ਮਿਲ ਰਿਹਾ। ਤੁਸੀਂ ਦੇਖ ਸਕਦੇ ਹੋ ਇੱਧਰ ਪਾਕਿਸਤਾਨ ਹੈ ਤੇ ਅਸੀਂ ਇਸ ਵੇਲੇ ਭਾਰਤ ਦੇ ਵਿੱਚ ਖੜੇ ਆ ਤਾਂ ਪਿੱਲਰ ਤੁਹਾਨੂੰ ਦਿਖਾ ਦਈਏ, ਪਾਕਿਸਤਾਨ ਦਾ ਜਿਹੜਾ ਪਿੱਲਰ ਇੱਥੇ ਲੱਗਿਆ ਹੋਇਆ ਤਾਂ ਇਹ ਤਾਰਬੰਦੀ ਦੇ ਬਿਲਕੁਲ ਤਾਰਬੰਦੀ ਦੇ ਅੱਗੇ ਅਸੀਂ ਖੜੇ ਹਾਂ ਤੇ ਤਾਰਬੰਦੀ ਦੇ ਨਾਲ ਹੀ ਜਿਹੜਾ ਪਿੱਲਰ ਹੈ ਇਹ ਪਾਕਿਸਤਾਨ ਦੀ ਜ਼ਮੀਨ ਹੈ ਤੇ ਅਸੀਂ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਖੜੇ ਹਾਂ। ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੀ ਮਜ਼ਾਰ ਨੂੰ ਕਿੱਡਾ ਵਧੀਆ ਇੱਥੇ ਸਜਾਇਆ ਗਿਆ ਤੇ ਪੂਰੇ ਇੰਤਜ਼ਾਮਾਂ ਜਿਹੜੇ BSF ਵੱਲੋਂ ਜਿਹੜੇ ਕੀਤੇ ਗਏ। ਅੰਦਰ ਚੱਲਦੇ ਹਾਂ ਤੇ ਅੰਦਰ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ। ਬਾਬਾ ਜੀ ਦੇ ਦਰਸ਼ਨ ਵੀ ਤੁਹਾਨੂੰ ਅਸੀਂ ਕਰਵਾ ਦਿੰਦੇ ਹਾਂ ਤੇ ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦ ਤੇ ਹਰ ਸਾਲ ਜਿਹੜਾ ਇਹ ਮੇਲਾ ਲਗਾਇਆ ਜਾਂਦਾ ਤਾਂ ਦਰਸ਼ਨ ਵੀ ਤੁਹਾਨੂੰ ਬਾਬਾ ਜੀ ਦੇ ਕਰਵਾ ਦਿੰਦੇ ਹਾਂ। ਬਾਬਾ ਜੀ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਤਾਂ ਇਹ ਨੇ ਬੁਰਜੀ ਵਾਲੇ ਪੀਰ ਜਿਨ੍ਹਾਂ ਦੀ ਮਜ਼ਾਰ ਤੇ ਜਿਹੜਾ ਹਰ ਵਾਰ ਮੇਲਾ ਲੱਗਦਾ ਤਾਂ BSF ਦੇ ਜਿਹੜੇ ਮਹਿਲਾ ਕਰਮਚਾਰੀ ਵੀ ਇੱਥੇ ਮੌਜੂਦ ਹੈ, ਇਹਨਾਂ ਵੱਲੋਂ ਜਿਹੜੀ ਪੂਰੀ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਤੇ ਡਿਊਟੀ ਦੇ ਨਾਲ ਨਾਲ ਜਿਹੜੀ ਸੇਵਾ ਵੀ ਇਹਨਾਂ ਵੱਲੋਂ ਕੀਤੀ ਜਾ ਰਹੀ ਤੇ ਹਰ ਸਾਲ BSF ਦੀ 66 ਬਟਾਲੀਅਨ ਵੱਲੋਂ ਇੱਥੇ ਮੇਲਾ ਲਗਾਇਆ ਜਾਂਦਾ ਤਾਂ ਪੂਰੀ ਜਿਹੜੀ ਲੋਕ ਇੱਥੇ ਆਉਂਦੇ ਆ ਪੂਰੀ ਸੁਵਿਧਾ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਜ ਵੀ ਜਿਹੜੀ ਪੂਰੀ ਸੁਵਿਧਾ ਦਿੱਤੀ ਗਈ ਹੈ ਹਰ ਜਿਹੜੇ ਲੋਕ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੇ ਆ ਬਾਬਾ ਜੀ ਦੇ, ਉਹਨਾਂ ਲਈ ਪੂਰੀ ਵਿਵਸਥਾ ਕੀਤੀ ਗਈ ਹੈ। ਕੂਲਰਾਂ ਦੇ ਇੰਤਜ਼ਾਮ ਕੀਤੇ ਗਏ, ਪੱਖਿਆਂ ਦੇ ਇੰਤਜ਼ਾਮ ਕੀਤੇ ਆ, ਟੈਂਟ ਸ਼ਾਮੀਆਂ ਨੇ ਪੂਰੇ ਇੱਥੇ ਲਗਾਏ ਗਏ ਆ ਤਾਂ ਅੱਗੇ ਹੁਣ ਗੱਲਬਾਤ ਅਸੀਂ ਤੁਹਾਡੀ ਕਰਵਾਵਾਂਗੇ BSF ਦੀ 66 ਬਟਾਲੀਅਨ ਦੇ ਕਮਾਂਡੈਂਟ ਅਰੁਣ ਵਰਮਾ ਦੇ ਨਾਲ ਤੇ ਜਾਣਾਂਗੇ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਔਰ ਮੇਲਾ ਉਹਨਾਂ ਵੱਲੋਂ ਜਿਹੜਾ ਲਗਾਇਆ ਗਿਆ ਉਸਦਾ ਮਹੱਤਵ ਕੀ ਹੈ। ਕਿਆ ਕਹੋਗੇ ਅੱਜ ਕੇ ਜੋ ਪੰਜਾਬੀ ਅੱਜ 18 ਜੂਨ 2024 ਨੂੰ
ਬੁਰਜੀ ਵਾਲੇ ਪੀਰ ਬਾਬਾ ਜੀ ਦੇ ਦਰਗਾਹ ਦੇ ਉੱਪਰ ਮੇਲਾ ਆਯੋਜਿਤ ਕੀਤਾ ਗਿਆ ਹੈ, ਜਿਸ ਦੇ ਵਿੱਚ ਬਹੁਤ ਦੂਰ ਦੂਰ ਤੋਂ ਸ਼ਰਧਾਲੂ ਸੰਗਤਾਂ ਆ ਕੇ ਉਹਨਾਂ ਦੇ ਦਰਸ਼ਨ ਕਰ ਰਹੀਆਂ ਹੈ ਅਤੇ ਆਪਣਾ ਚਦਰ ਚੜਾ ਰਹੇ ਹੈ। ਇਹ ਜਿਹੜਾ ਪੀਰ ਬਾਬਾ ਦਾ ਮੇਲਾ ਹੈ, ਇਹ ਫੈਂਸਿੰਗ ਤੋਂ ਅੱਗੇ ਔਰ ਇੰਡੀਆ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਦੇ ਕੋਲ ਆਯੋਜਿਤ ਕੀਤਾ ਜਾ ਰਿਹਾ ਹੈ ਔਰ ਇਹ ਬਹੁਤ ਪੁਰਾਣਾ ਇੱਕ ਕਾਰਜਕ੍ਰਮ ਹੈ ਜੋ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਈਵਨ ਕਿ ਦੱਸਿਆ ਜਾਂਦਾ ਹੈ ਕਿ ਇਹ ਪਾਰਟੀਸ਼ਨ ਤੋਂ ਪਹਿਲਾਂ ਦਾ ਚੱਲ ਰਿਹਾ ਸੀ। ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮਾਂ ਕੀਤੇ ਗਏ? ਅਸੀਂ BSF ਸਰਵੋਤਮ 66 ਬਟਾਲੀਅਨ ਦੇ ਆਪਣੇ ਕਾਰਮਿਕ ਆਪਣੇ SOs ਆਫਿਸਰਸ ਇੱਥੇ ਡਿਪਲਾਈ ਕੀਤੇ ਹੈਗੇ ਹੈ ਔਰ ਸਾਨੂੰ ਪੂਰੀ ਮਦਦ ਸਿਵਲ ਐਡਮਿਨਿਸਟ੍ਰੇਸ਼ਨ ਔਰ ਪੰਜਾਬ ਪੁਲਿਸ ਤੋਂ ਮਿਲ ਰਹੀ ਹੈ, ਜਿਹਦੇ ਵਿੱਚ ਅਸੀਂ ਬੜੇ ਸਮੂਥਲੀ ਇਹ ਵਾਲਾ ਮੇਲਾ ਕੰਡਕਟ ਕਰ ਰਹੇ ਹਾਂ। ਕਿੰਨੇ ਕੁ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ? ਦੱਸਿਆ ਜਾਂਦਾ ਹੈ ਕਿ ਇੱਥੇ 8 to 10 ਹਜ਼ਾਰ ਲੋਕ ਦਰਸ਼ਨ ਕਰਨ ਆਉਂਦੇ ਹੈ ਅਤੇ ਕਿਉਂਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਸ਼ਾਮ ਤੱਕ ਥੋੜ੍ਹਾ ਜਿਹਾ ਕਨਫਰਮ ਹੋ ਪਾਏਗਾ ਕਿ ਐਗਜੈਕਟ ਕਿੰਨੇ ਨੰਬਰ ਲੋਕਾਂ ਨੇ ਦਰਸ਼ਨ ਕੀਤੇ। ਪਰ ਕਹਿੰਦੇ ਨੇ ਪਾਕਿਸਤਾਨ ਵਾਲੇ ਵੀ ਮੱਥਾ ਟੇਕਦੇ ਨੇ ਇਸ ਸਮਾਜ ਨੂੰ ਜਿਹੜਾ ਮੰਨਦੇ ਨੇ, ਜਿੰਨੀ ਮਾਨਤਾ ਜਿਹੜੀ ਹਿੰਦੁਸਤਾਨ ਵਿੱਚ ਉਸੇ ਤਰ੍ਹਾਂ ਜਿਹੜੀ ਪਾਕਿਸਤਾਨ ਦੇ ਵਿੱਚ ਮਾਨਤਾ? ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਪਾਰਟੀਸ਼ਨ ਤੋਂ ਪਹਿਲਾਂ ਦੇ ਹੀ ਪੀਰ ਬਾਬਾ ਬੁਰਜੀ ਵਾਲੇ ਪੀਰ ਬਾਬਾ ਦੇ ਨਾਮ ਤੋਂ ਬਹੁਤ ਮਸ਼ਹੂਰ ਸੀਗੇ ਔਰ ਇੱਥੇ ਮੇਲੇ ਹੁੰਦੇ ਸੀਗੇ, ਹਰੇਕ ਸਾਲ ਆਯੋਜਿਤ ਕੀਤੇ ਜਾਂਦੇ ਸੀ। ਉਸ ਦੌਰਾਨ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਸਭ ਲੋਕ ਪਿੰਡ ਵਾਲੇ ਜੁਆਇੰਟਲੀ ਇਕੱਠੇ ਹੋ ਕੇ ਮੇਲਾ ਬਣਾਉਂਦੇ ਸੀਗੇ, ਸੈਲੀਬ੍ਰੇਟ ਕਰਦੇ ਸੀਗੇ। ਉਸ ਤੋਂ ਬਾਅਦ ਜਦ ਪਾਰਟੀਸ਼ਨ ਤੋਂ ਬਾਅਦ ਇਹ ਕਿਉਂਕਿ ਇੰਟਰਨੈਸ਼ਨਲ ਬਾਰਡਰੀ ਦੇ ਬਿਲਕੁਲ ਨਜ਼ਦੀਕ 'ਚ ਹੈਗਾ, ਇਸ ਲਈ ਉਹ ਪਾਕਿਸਤਾਨ ਵੱਲੋਂ ਦੀ ਜਿਹੜੀ ਵੀ ਸੰਗਤ ਆਉਂਦੀ ਹੈ ਉਹ ਇੰਟਰਨੈਸ਼ਨਲ ਬਾਡੀ ਬਾਉਂਡਰੀ ਦੇ ਕੋਲ ਪਾਕਿਸਤਾਨ ਵਾਲੀ ਸਾਈਡ ਖੜ੍ਹੇ ਹੋ ਕੇ ਮੱਥਾ ਟੇਕਦੀ ਹੈ। ਧੰਨਵਾਦ। ਹਮ ਯਹਾਂ ਆਏ ਹੈ ਮਾਥਾ ਟੇਕਨੇ, ਪੀਰ ਬਾਬਾ ਕਾ ਮੰਦਿਰ ਹੈ ਔਰ ਇਸ ਮੰਦਿਰ ਕੋ ਬੋਲਤੇ ਹੈ ਬਹੁਤ ਜ਼ਿਆਦਾ ਮਹਾਨ, ਮਤਲਬ ਮਾਨਤਾ ਬਹੁਤ ਜ਼ਿਆਦਾ ਹੈ। ਪਾਰਟੀਸ਼ਨ ਸੇ ਪਹਿਲੇ ਕਾ ਯਹਾਂ ਪੇ ਇੱਕ ਰਿਚੁਅਲ ਥੀ ਕਿ ਹਰ ਸਾਲ ਮੇਲਾ ਲੱਗਤਾ ਹੈ ਔਰ ਯਹਾਂ ਮਾਥਾ ਟੇਕਨੇ ਆਤੇ ਹੈ ਲੋਕ ਦੂਰ ਦੂਰ ਸੇ ਆਤੇ ਹੈ। तो काफ़ी अच्छा है, बहुत अच्छी वाइब है, जिस तरह से यहाँ पे ऑरा बना हुआ है जो पॉजिटिविटी है, तो हमें काफ़ी अच्छा लगा। और हमारे फादर एक्चुअली यहाँ काम करते हैं, मतलब BSF में ही है, तो इसलिए हम आ पाए यहाँ पे और दर्शन कर पाए हैं। सो इट्स वेरी नाइस, बहुत अच्छा लगा। पहले भी कभी आए हुए? एक 2 साल पहले आए थे हम। हाँ, 1 साल पहले आए हुए हैं, तो अभी दोबारा आए हैं, दूसरी बार है ये हमारा, लेकिन मतलब बहुत ही अच्छा है एंड काफ़ी दिल खुश हो जाता है, पीस यू नो। कैसा लगा जी आपको, कैसी एक्साइटमेंट कैसी रही, क्योंकि कहते हैं कि 09 के ऊपर ही है तो एक्साइटमेंट कैसी? हाँ, वो तो बहुत ज़्यादा एक्साइटमेंट होती है बिकॉज बॉर्डर के पास कुछ होता है, जैसे पाकिस्तान साइड में ही है और यहाँ इंडिया है, तो काफ़ी ज़्यादा एक्साइटमेंट होती है कि जाके देखना है कि कैसे माहौल, क्योंकि यूजली बोलते ना बहुत डर, मतलब वैसे यूजली होता है कि नहीं जाना है, बट जब हम यहाँ आए तो ऐसा कुछ भी नहीं हुआ, मतलब बहुत ज्यादा सिक्योर था हमारे लिए और काफी इजीली हो गया सब कुछ। तो हमें यहाँ पर बॉर्डर की स्थिति किस तरह की है, आपने देखा होगा तो पाकिस्तान तो बहुत पास ही है एक्चुअली, यहाँ पे ही है, थोड़ा मेरे को एक्चुअल डिस्टेंस नहीं पता, लेकिन स्थिति ऐसी है कि अच्छी स्थिति है, मतलब BSF काफी अच्छे से हैंडल कर रही है अब सिचुएशन वगैरह को, आप देख सकते हैं, और काफी अच्छी स्थिति है, सब नॉर्मल है। तो अभी जाएंगे हम मेला देखने, मेले में जाने वाले हैं, झूले वगैरह लेंगे मेहा किताब। तो कैसा लग रहा है आज आप यहाँ पर आए? हमें यहाँ पे आके
बहुत अच्छा लग रहा है यहाँ पे मत्था टेक के, बहुत अच्छी फील आ रही है, वाइब बहुत अच्छी है। और ऐसे भी बोला जाता है फाजिलका के लोग बहुत अच्छे होते हैं, तो बहुत अच्छी प्यार भावना से हम यहाँ पे मत्था टेक के अब हम मेला घूमने जा रहे हैं, तो बहुत अच्छा लग रहा है। तो क्या हालात कैसे है, क्या हिस्ट्री क्या है, पता लगा आपको? हाँ, ये इंडो पाकिस्तान बॉर्डर के बीच में जीरो लाइन पे ये दरगाह है पीर बाबा की, तो यहाँ पे बहुत अच्छा है, इसकी बहुत मान्यता है। बोला जाता है कि ये बहुत जो लोग दूर दूर से आते हैं यहाँ पे मत्था टेकने, और मतलब मेरे घर वाले, मेरी मम्मी बताती होती थी कि यहाँ पे जो भी सच्चे मन से मांगा जाए वो हमेशा पूरा होता है, यहाँ पे फकीर इन सब से बहुत अच्छी तरह से सच्चे तरह से प्रार्थना करो तो सब मान्या आपकी पूरा होता है। पहले भी आई हो? हाँ, मैं एक साल पहले आई हूँ, और इसी मतलब बहुत अच्छी तरह से उस टाइम पे भी दर्शन हुए थे हमारे, जैसे आज हो रहे हैं, तो बहुत अच्छा लग रहा है। पाकिस्तान कितने दिन? ये पाकिस्तान है और ये इंडिया है, और देखो आप पाकिस्तान के डॉग्स भी यहाँ पे हम मत्था टेक गए हैं। तो एक्साइटमेंट कैसी थी? बहुत एक्साइटमेंट होती है यहाँ पे आकर, बहुत अच्छा लगता है हमेशा यहाँ पे आके, मौसम बहुत अच्छा होता है यहाँ का और मजा आ जाता है यहाँ पे। तो कितने सालों से आप आ रहे हैं? हमें यहाँ पे हमारा सेकंड ईयर है यहाँ पे आए हुए, हम 2 साल से यहाँ पे आ रहे हैं। अभी कहाँ से बिलोंग करते हैं? हम ऐसे तो हिमाचल के हैं, पर मेरे फादर यहाँ पे पोस्टेड हैं, तो अभी उनकी वजह से हमें यहाँ पे घूमने का मौका मिलता है, तो हमें बहुत अच्छा लगता है। अंकिता मत्था जी, पिंड गुलाबा भैनी दे जेडे इत्थे बॉर्डर लाइन हैगी है, ਪੀਰ ਬਾਬਾ ਦੀ ਜਗ੍ਹਾ ਹੈਗੀ ਆ ਜਿਹਨੂੰ ਮੁਰਚੀ ਵਾਲਾ ਪੀਰ ਬਾਬਾ ਬੋਲਦੇ ਆ। ਤਾਂ ਇੱਥੇ ਜਿਹੜੀ ਹੈਗੀ ਆ ਪਿੱਛੋਂ ਪਰੰਪਰਾ ਚੱਲੀ ਹੋਈ ਹੈ, ਤੇ ਜਿਹੜੇ ਪੀਰ ਆ ਬੜੀ ਮਤਲਬ ਪੂਰਨ ਹੈਗੇ ਆ, ਤੇ ਬੜੀ ਚੜ੍ਹਦੀ ਇਸ ਦੀ ਮਾਨਤਾ ਹੋ ਰਹੀ ਹੈ। ਤਾਂ ਹੁਣ ਜਿਹੜਾ ਇਹ ਅੱਜ ਇਹ ਜਿਹੜਾ ਗੇਟ ਖੋਲਿਆ ਗਿਆ, ਸੰਗਤਾਂ ਇੱਥੇ ਆ ਕੇ ਆਪਦੇ ਜਿਹੜੀ ਹੈਗੀ ਆ ਆਪਣੀ ਜੋ ਵੀ ਕਿਸੇ ਦੀ ਹੈਗੀ ਆ ਅੰਦਰ ਦੀ ਭਾਵਨਾ ਉਹਨੂੰ ਇੱਥੇ ਦੱਸ ਕੇ ਅਤੇ ਆਪਦੀ ਜਿਹੜੀ ਹੈਗੀ ਆ ਉਹ ਕਰਦੇ ਹੈਗੇ। ਸਰ, ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਅੱਜ ਇੱਥੇ? ਇਹਦੇ ਵਿੱਚ ਜੀ ਕੱਲ੍ਹ ਅਸੀਂ ਜਿਹੜੀ ਹੈਗੀ ਆ ਸਾਡੀ ਇਸ ਮੇਲੇ ਨੂੰ ਲੈ ਕੇ ਮੀਟਿੰਗ ਵੀ ਹੋਈ ਸੀਗੀ BSF ਦੇ ਜਿਹੜੇ ਅਧਿਕਾਰੀਆਂ ਨਾਲ, ਅਤੇ ਜਿਹੜਾ ਇਹ ਉਹਦੇ ਨਾਲ ਸੀਨੀਅਰ ਅਫਸਰਾਂ ਦੇ ਨਾਲ ਬੈਠ ਕੇ ਇਹਦੇ ਸੰਬੰਧੀ ਪਲਾਨ ਤਿਆਰ ਕੀਤਾ ਗਿਆ ਸੀਗਾ, ਜਿਹਦੇ ਸੰਬੰਧੀ ਇੱਥੇ ਅਸੀਂ 50 ਦੇ ਕਰੀਬ ਜਿਹੜੇ ਹੈਗੇ ਆ ਕਰਮਚਾਰੀ ਤੈਨਾਤ ਕੀਤੇ ਹੈਗੇ ਆ, ਜਿਹਦੇ ਨਾਲ ਜਿਸ ਜਗ੍ਹਾ 'ਤੇ ਵੀ ਸਾਨੂੰ ਲੋੜ ਸੀ ਨਾਕਾ ਲਾਉਣ ਦੀ ਜਾਂ ਪੈਟਰੋਲਿੰਗ ਕਰਨ ਦੀ ਜਾਂ ਹੋਰ ਕਰਨ ਦੀ, ਉਹਦੇ ਵਾਸਤੇ ਵੀ ਅਸੀਂ ਜਿਹੜੀ ਹੈਗੀ ਆ ਪੂਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈਗੀ ਹੈ। ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਸ ਏਰੀਏ ਦੇ ਵਿੱਚ ਜਿਹੜੇ ਕੋਈ ਮਾੜੇ ਬੰਦੇ ਹੈਗੇ ਆ ਉਹਨਾਂ 'ਤੇ ਅਸੀਂ ਨਿਗਰਾਨੀ ਵੀ ਰੱਖ ਰਹੇ ਹਾਂ ਨਾਲ। ਮੇਰਾ ਨਾਮ ਸੋਹਣ ਸਿੰਘ ਹੈ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਪਿੰਡ ਗੁਲਾਬਾ ਬੈਣੀ ਵੱਲੇ ਜਠਾੜ ਦੇ। ਕੀ ਕਹੋਗੇ ਜਿਹੜਾ ਇਹ ਮੇਲਾ ਲੱਗਦਾ ਹੈ ਪਾਕਿਸਤਾਨ ਸਰਹੱਦ ਤੇ? ਹਾਂਜੀ, ਇਹ ਪੀਰ ਬਾਬਾ ਹੈ, ਮਤਲਬ ਵੀ ਪੂਰਾ ਸੂਰਾ ਜਿਹੜੀਆਂ ਮਨੌਤੀਆਂ ਕੋ ਮੰਨਦਾ ਹੈ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ, ਅਤੇ ਅਸੀਂ ਇਹਨੂੰ ਪੀਰ ਬਾਬਾ ਬੁਰਜੀ ਵਾਲਾ ਨਾਂ 'ਤੇ ਜਾਣਦੇ ਹਾਂ ਸਾਰੇ ਹੀ ਲੋਕ ਜਿਹੜੇ ਆਸ ਪਾਸ ਦੇ ਨੇ, ਅਤੇ 8/5 ਨੂੰ ਅਸੀਂ ਮੇਲਾ ਲਗਾਵੀਦਾ ਹੈ, ਜੋ ਕਿਹਦੀ ਸ਼ਰਧਾ ਮੰਨ ਕੇ ਜਾਂਦਾ ਉਹਦੀ ਸ਼ਰਧਾ ਪੂਰੀ ਹੁੰਦੀ ਹੈ। ਇਸ ਕਰਕੇ ਸਾਰੇ ਪੰਜਾਬ ਤੋਂ ਹੀ ਸੰਗਤ ਆਉਂਦੀ ਹੈ, ਮੱਥਾ ਟੇਕ ਕੇ ਜਾਂਦੀ ਹੈ, ਆਪਦੀਆਂ ਮਨੌਤੀਆਂ ਮੰਨ ਕੇ ਜਾਂਦੀ ਹੈ। ਪਾਕਿਸਤਾਨ ਤੋਂ ਲੋਕ ਆਉਂਦੇ ਆ? ਪਾਕਿਸਤਾਨ ਤੋਂ ਲੋਕ ਆਉਂਦੇ ਆ, ਪਿੱਛੇ ਹੋ ਕੇ ਆਪਦਾ ਦੂਰੋਂ ਮੱਥਾ ਟੇਕ ਕੇ ਚਲੇ ਜਾਂਦੇ ਆ, ਕਿ ਇੱਥੇ ਤਾਂ ਇਜਾਜ਼ਤ ਨਹੀਂ ਉਹਨਾਂ ਨੂੰ ਆਉਣ ਦੀ। ਉਹਨਾਂ ਦੀ ਤਾਂ ਤਕਰੀਬਨ ਕੋਈ 100 ਬੰਦਾ ਹੀ ਆਉਂਦਾ, ਪਿਸ਼ਾਬ ਦੇ ਏਰੀਏ 'ਚ ਰਹਿੰਦਾ, ਆਪਣੇ ਏਰੀਏ 'ਚ ਨਹੀਂ ਉਹਨਾਂ ਨੂੰ, ਅਤੇ ਆਪਣੇ ਤਾਂ ਸੰਗਤ ਕਾਫੀ ਹੁੰਦੀ, ਕੋਈ 4-5-7 ਹਜ਼ਾਰ ਦੇ ਕਰੀਬ ਹੋ ਜਾਂਦਾ। ਹਾਂਜੀ।
ਕਿੰਨੇ ਸਾਲ ਹੋ ਗਏ ਮੇਲੇ ਲੱਗਦੇ? ਇਹ ਤਾਂ ਜੀ ਪ੍ਰਣਾਮ ਕਰੋ। ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਰਮੇਸ਼ ਸਿੰਘ ਸਰਪੰਚੀ ਗੁਲਾਬਾ ਪੈਣੀ। ਕੀ ਕਹੋਗੇ ਕਿਸ ਤਰ੍ਹਾਂ ਜਿਹੜਾ ਇਹ ਮਾਹੌਲ ਹੈ, ਮੇਲਾ ਕਿਵੇਂ ਲੱਗਦਾ ਹੈ? ਇਹ ਮੇਲਾ ਜਦੋਂ ਉਦੋਂ ਫੈਂਸਿੰਗ ਲੱਗੀ ਨਹੀਂ ਸੀ, ਜਦੋਂ ਲੱਗਣ ਲੱਗਿਆ ਇਹ ਪਿੰਡ ਵਾਲੇ ਆਉਂਦੇ ਤੇ ਆਸ ਪਾਸ ਦੇ ਪਿੰਡਾਂ ਦਾ ਸਹਿਯੋਗ ਨਾਲ ਲਾਇਆ ਜਾਂਦਾ ਹੈ। ਕਿੰਨੇ ਸਾਲ ਹੋ ਗਏ ਲੱਗਦੇ? ਇਹ 1982-83 ਦੇ ਵਿੱਚ ਸ਼ੁਰੂ ਹੋਇਆ ਸੀ। ਹਾਂਜੀ, ਕਹਿੰਦੇ ਵੰਡ ਤੋਂ ਬਾਅਦ ਸਾਡਾ ਇੱਕ ਬਜ਼ੁਰਗ ਹੈਗਾ ਸੀ, ਉਹਨਾਂ ਨੂੰ ਕਿਤੇ ਦਿਖਾਈ ਦਿੱਤਾ ਪੀਰ, ਉਹਨਾਂ ਨੇ ਆ ਕੇ ਪਿੰਡ ਵਿੱਚ ਦੱਸਿਆ ਵੀ ਇੱਥੇ ਕੋਈ ਪੀਰ ਹੈਗਾ ਤੇ ਉਹ ਸੇਵਾ ਮੰਗਦਾ ਹੈ, ਤਾਂ ਕਰਕੇ ਫਿਰ ਸਾਰਿਆਂ ਨੇ ਉਹਦੇ ਨਾਲ ਮਿਲ ਕੇ ਤੇ ਮੇਲਾ ਲਗਾਉਣਾ ਸ਼ੁਰੂ ਕਰ ਦਿੱਤਾ। ਬਿਲਕੁਲ ਜ਼ੀਰੋ ਲਾਈਨ ਤੇ ਹੈ। ਪਹਿਲਾਂ ਆਉਂਦੇ ਸੀ ਪਰ ਹੁਣ ਉਹ ਆਪਦੀ ਜਗ੍ਹਾ ਤੇ ਖੜੇ ਰਹਿੰਦੇ ਨੇ, ਉਹਨਾਂ ਨੂੰ ਹੁਣ ਮੱਥਾ ਨਹੀਂ ਟੇਕਣ ਦਿੱਤਾ ਜਾਂਦਾ। ਹਾਂ ਬਿਲਕੁਲ, ਨੇੜੇ ਆਉਂਦੇ ਨੇ, ਆਪਣੀ ਜਗ੍ਹਾ ਤੇ ਖੜੇ ਰਹਿੰਦੇ ਨੇ। ਲੰਗਰ ਪਾਣੀ ਚਾਹ ਸਾਰਾ ਗੁਜ਼ਾਰਾ ਹੋ ਗਿਆ, ਠੰਡਾ ਪਾਣੀ ਵੀ ਆਉਂਦਾ ਹੈ ਸਾਰੇ ਇੱਥੇ, ਬਹੁਤ ਪ੍ਰੋਗਰਾਮ ਇਸ ਸ਼ਾਮ ਤੋਂ ਤਕੜਾ ਹੈ। ਪੀ ਐਸ ਐਫ ਦੇ ਫੌਜੀ ਜਵਾਨ ਹੈਗੇ ਨੇ, ਉਹ ਵੀ ਆਉਂਦੇ ਨੇ, ਪੁਲਿਸ ਵਾਲੇ ਸਾਰੇ, ਇਹਨੇ ਬੜਾ ਸਹਿਯੋਗ ਦਿੱਤਾ ਹੋਇਆ ਹੈ ਅਤੇ ਅਸੀਂ ਡਿਊਟੀ ਪੂਰੀ ਕਰ ਰਹੇ ਨੇ। ਜਦੋਂ ਮੇਲਾ ਆਉਂਦਾ ਹੈ ਅਤੇ ਫੁੱਲਾਂ ਦੀ ਫੋਰਸ ਲੈ ਕੇ ਆਉਂਦੇ ਨੇ, ਕੋਈ ਛੇੜਕਣ ਕੋਈ ਗੱਲ ਪਤਾ ਹੋਵੇ, ਕੰਮ ਸਹੀ ਢੰਗ ਨਾਲ ਮੇਲਾ ਲਗਾਇਆ ਜਾਵੇ, ਕੋਈ ਮਾਡਲ ਉੱਤੇ ਨਜ਼ਦੀਕ ਹੈ ਅਤੇ ਬੜਾ ਮਤਲਬ ਪਿਆਰ ਦੇ ਨਾਲ ਸੋਚ ਨਾਲ ਹੁਣ ਮਾਕੜਾ ਬੜੀ ਲੰਮੀਆਂ ਬੜੀ ਸੰਗਤ ਬੜੀ, ਹਰ ਕੋਈ ਲੰਗਰ ਪਾਣੀ ਚਾਹ ਛੱਕ ਜਾਣਾ, ਕਿਸੇ ਬਣੀ ਜਾਣਾ, ਬਹੁਤ ਮਾਰੇ ਬੜੇ ਮਾਣ ਬੱਲੇ ਬੱਲੇ ਬਾਬੇ ਜੈ ਜੈਕਾਰ ਜਿਹੜੇ ਨੇ ਨੀ ਕਹਿੰਦਾ ਜੇ ਬੀ ਐਸ ਐਫ ਵਾਲੇ ਵੱਡੇ ਵੱਡੇ ਅਫਸਰ ਜਾਂ ਤਾਂ ਝੁਕਦੇ ਨੇ ਅਤੇ ਪਾਵਰ ਹੈ ਉਹਦੀ ਮੌਜੇ ਪੂਰੀ ਕਰਦੇ ਝੁਕਦੇ ਨੇ, ਐਵੇਂ ਨਹੀਂ ਆਉਂਦਾ ਕੋਈ ਵੀ ਕਿਤੇ ਕੋਈ ਮਾਲਕ ਦੇ ਪਿਆਰੇ ਬਾਹਰ ਖਾਵਾਂਗੇ, ਇਹ ਮਾਲਕ ਦਾ ਪਿਆਰਾ ਭਗਤ ਹੀ ਹੈ ਜਿਹਨੇ ਇੰਨਾ ਕੁਛ ਕਰਤੇ, ਇੰਨਾ ਕੁਛ ਲੋਕਾਂ ਨੂੰ ਦਿਖਾਉਂਦਾ ਹੈ, ਲੋਕਾਂ ਦੇ ਮਨੋਕਾਮ ਨੂੰ ਪੂਰਾ ਅਫਸਰਾਂ ਦੇ ਕਰਦੇ, ਹਰ ਬੰਦੇ ਦੇ ਕਦੇ ਜੀ ਆਉਂਦੇ ਰੱਖੋ ਅੱਗੇ ਤਾਂ ਪਰਮਾਤਮਾ ਦੀ ਮੌਤ ਬਹੁਤ ਭਗਤ ਪਿਆਰੇ ਮਾਲਕ। ਮੇਰਾ ਨਾਮ ਲਕਸ਼ਮਣ ਸਿੰਘ ਹੈ, ਪਿੰਡ ਜਾਣੀ ਮੁੜ ਰਾਮ ਮੇਰਾ ਬਹੁਤ ਦੇਰ ਹੋ ਗਈ ਮੇਲਾ ਲੱਗਦੇ ਨੂੰ, ਬਾਈ ਸਾਲ ਹੋ ਗਏ ਸਾਨੂੰ ਮੇਲਾ ਵੇਖ ਤੇ, ਸੰਗਤ ਬਹੁਤ ਹੁੰਦੀ ਆ। ਹਾਂਜੀ, ਮੇਲਾ ਬਹੁਤ ਭਾਰੀ ਲੱਗਦਾ, ਬੜਾ ਵੱਡਾ ਹੀ ਲੱਗਦਾ ਹੈ, ਬੜੀ ਸੰਗਤ ਇੱਥੇ ਆਉਂਦੀ ਹੈ,
ਪਿੱਤ ਚੱਲ ਕੇ ਆਉਂਦੀ ਹੈ, ਪਾਕਿਸਤਾਨ ਦੇ ਵੀ ਆਉਂਦੇ ਨੇ ਤੇ ਬੜੇ ਸਾਲ ਹੋ ਗਏ ਨੇ ਵੇਖਦੇ ਆ ਨੂੰ। ਕਿੰਨੇ ਸਾਲ ਹੋ ਗਏ ਵੇਖਦੇ ਨੂੰ? ਇਹ ਸਾਨੂੰ 22 ਸਾਲ ਹੋ ਗਏ। 22 ਸਾਲ ਤੇ ਕਹਿੰਦੇ ਵੀ ਕਿੰਨੇ ਸਾਲ ਪੁਰਾਣੀ ਇਸ ਸਮਾਜ ਦੇ? ਪਹਿਲਾਂ ਦਾ ਤਾਂ ਨਹੀਂ ਪਤਾ, ਬੜਾ ਪਹਿਲਾਂ ਦੀ ਵੱਧ ਦੇ ਜੀ ਇਹ ਸਮਾਜ ਦੇ ਜੀ। ਹਾਂ ਬਹੁਤ ਪਤਾ ਹੈ। ਹੋਰ ਜੀ ਮਾਤਾ ਕੀ ਨਾਮ ਤੁਹਾਡਾ? ਜਗਿੰਦਰ ਭਾਈ। ਕੀ ਕਹੋਗੇ ਸਮਾਜ ਦੇ ਬਾਰੇ, ਥੋੜੀ ਜਾਣਕਾਰੀ ਦਿਓ, ਕਿੰਨੇ ਸਾਲ ਹੋ ਗਏ, ਕਿਵੇਂ ਬਣੀ ਹੈ ਸਮਾਜ? ਉਹਨੂੰ ਅਚੀਤੀ ਹਲਨ ਕਿਵੇਂ ਬਣੀ ਹੈ ਸਮਾਜ, ਸਾਨੂੰ ਬੜੀ ਜਾਣਕਾਰੀ ਦਿਓ। ਇਹ ਬਣੀ ਹੈ ਵੀ ਬਾਬਾ ਪੂਰਾ ਹੋ ਰਹੀ ਹੈ ਤੇ ਜਾਣਕਾਰੀਆਂ ਪੂਰੇ ਮਨ ਤਾਂ ਪੂਰੀਆਂ ਹੁੰਦੀਆਂ। ਇਹ ਕਹਿੰਦੇ ਵੀ ਸਿਕਿਉਰਿਟੀ ਬੜੀ ਹੁੰਦੀ ਹੈ ਤੇ ਜਦੋਂ ਮੇਲਾ ਲੱਗਦਾ ਹੈ। ਹਾਂਜੀ ਜੀ। ਕੀ ਨਾਮ ਹੈ ਤੁਹਾਡਾ? ਜਗਿੰਦਰ ਭਾਈ। ਹਾਂਜੀ ਕੀ ਨਾਮ ਤੁਹਾਡਾ ਜੀ? ਕ੍ਰਿਸ਼ਨ ਕੌਰ। ਕਿੱਥੇ ਰਹਿਣ ਵਾਲੇ ਹੋ? ਅਸੀਂ ਪਹਿਲੇ ਸਾਡੀ ਇੱਥੇ ਰਾਣੀ ਮੋੜਾ ਰਹਿਣ ਵਾਲੇ। ਹਾਂਜੀ ਰਾਣੀ ਮੋੜਾ ਰਹਿਣ ਵਾਲੇ। ਕੀ ਕਹੋਗੇ ਮੇਲੇ ਬਾਰੇ, ਥੋੜੀ ਜਾਣਕਾਰੀ ਦਿਓ, ਜਿਹੜਾ ਮੇਲਾ ਲੱਗਦਾ ਹੈ। ਮੇਲੇ ਐਵੇਂ ਲੋਕਾਂ ਨੂੰ ਮਨੌਤੀ ਪੂਰੀ ਹੁੰਦੀ ਹੈ ਸਾਰਿਆਂ ਦੇ, ਆਉਂਦੇ ਹਰੀ ਖੁਸ਼ੀ ਮਨਾ ਦੇ ਇੱਥੇ ਹਰ ਕੇ ਦੀ ਮਨੌਤੀ। ਕਿੰਨੇ ਸਾਲ ਹੋ ਗਏ ਤੁਹਾਨੂੰ ਮੰਨਦੇ ਹੋਏ? ਸਾਡੇ 6-7 ਸਾਲ ਹੋ ਗਏ ਸਾਡੇ ਇੱਥੇ ਖੇਤਰ ਸਾਡਾ। ਅੱਛਾ ਜ਼ਮੀਨ ਲਈ। ਠੀਕ ਹੈ।